ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਘਰ ਨੇ ਜਿਨ੍ਹਾਂ ਦੇ ਮਾਲਕ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ ਔਰ ਪਿੱਛੋਂ ਉਹਨਾਂ ਦੇ ਘਰ ਖੰਡਰ ਬੰਦੇ ਜਾ ਰਹੇ ਨੇ ਇਹਨਾਂ ਘਰਾਂ ਨੂੰ ਬਚਾਉਣ ਦੇ ਲਈ ਨਵਾਂ ਸ਼ਹਿਰ ਦੇ ਤਿੰਨ ਨੌਜਵਾਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਰੁਜ਼ਗਾਰ ਦੇ ਨਾਲ ਨਾਲ ਇਹ ਨੌਜਵਾਨ ਇਹਨਾਂ ਘਰਾਂ ਦੀ ਸੰਭਾਲ ਕਰ ਰਹੇ ਨੇ ਜੇ ਜਦੋਂ ਵੀ ਆਏਗਾ ਕੋਈ ਐਨ ਆਰ ਆਈ ਉਹਨੂੰ ਪਹਿਲਾਂ ਤਾਂ ਉਹਨੂੰ ਸਭ ਤੋਂ ਪਹਿਲਾਂ ਘਰ ਆ ਕੁਸਟੋਬਾਤ ਘੁੰਮਣੇ ਕਰਨੇ ਨੂੰ ਗੱਤੀ ਹੈ ਇਹ ਦੋ ਚੂਸ ਸੋਚਦਾ ਸੀ ਉਹਨੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਹਾਊਸੇਜ਼ ਤੁਸੀਂ ਫਲੋਰ ਦੇਖ ਰਹੇ ਹੋ ਪ੍ਰੋਪਰਲੀ ਮੇਨਟੇਨਡ ਨੇ ਤੇ ਉਵੇਂ ਅਸੀਂ ਵੀ ਮੇਕ ਇਟ ਅ ਪੁਆਇੰਟ ਕਿ ਸਾਰੇ ਕਿਤੇ ਇਸ ਚੀਜ਼ ਨੂੰ ਚੰਗੀ ਸਫਾਈ ਸਾਫ ਸਫਾਈ ਹੋਵੇ ਚੰਗੀ ਮੇਨਟੇਨੈਂਸ ਕੀਤੀ ਜਾਵੇ ਕਈ ਘਰ ਤਾਂ ਇਹੋ ਜਿਹੇ ਹੋਣਗੇ ਮੈਨੂੰ ਲੱਗਦਾ ਕਿ ਕਾ ਉੱਗਿਆ ਹੋਣਾ ਉਹਨਾਂ ਘਰਾਂ ਦੇ ਵਿੱਚ ਤੇੜਾ ਆਇਆ ਹੋਣ ਗਿਆ ਮੈਨੂੰ ਲੱਗਦਾ ਕਿ ਬਿਲਕੁਲ ਖੰਡਰ ਦਾ ਰੂਪ ਧਾਰ ਰਿਹਾ ਹੋਊਗਾ ਹਰਪ੍ਰੀਤ ਨੇ ਦੱਸਿਆ ਘਰ ਤੋਂ ਘਰ ਅਸੀਂ ਫਿਰ ਉਹਨਾਂ ਨੂੰ ਰਿਪੋਰਟ ਬਣਾ ਕੇ ਦਿੰਦੇ ਆ ਕਿ ਕਿ ਕੀ ਰੈਨੋਵੇਸ਼ਨ ਹੋਊਗੀ ਕੀ ਬਜਟ ਲੱਗੂਗਾ ਫਿਰ ਉਸ ਤੋਂ ਬਾਅਦ ਕਿਵੇਂ ਕਿੰਨਾ ਮੇਨਟੇਨੈਂਸ ਕੀਤਾ ਜਾਊਗਾ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਘਰ ਨੇ ਜਿਨ੍ਹਾਂ ਦੇ ਮਾਲਕ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ ਔਰ ਪਿੱਛੋਂ ਉਹਨਾਂ ਦੇ ਘਰ ਖੰਡਰ ਬੰਦੇ ਜਾ ਰਹੇ ਨੇ ਇਹਨਾਂ ਘਰਾਂ ਨੂੰ ਬਚਾਉਣ ਦੇ ਲਈ ਨਵਾਂ ਸ਼ਹਿਰ ਦੇ ਤਿੰਨ ਨੌਜਵਾਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਰੁਜ਼ਗਾਰ ਦੇ ਨਾਲ ਨਾਲ ਇਹ ਨੌਜਵਾਨ ਇਨਾਂ ਘਰਾਂ ਦੀ ਸਾਂਭ ਸੰਭਾਲ ਕਰ ਰਹੇ ਨੇ ਇਸ ਵੇਲੇ ਅਸੀਂ ਨਵਾਂ ਸ਼ਹਿਰ ਦੇ ਇੱਕ ਪਿੰਡ ਦੇ ਵਿੱਚ ਇੱਕ ਐਨ ਆਰ ਆਈ ਦੀ ਕੋਠੀ ਦੇ ਵਿੱਚ ਮੌਜੂਦ ਹੈਗੇ ਆਂ ਇਸ ਘਰ ਦੀ ਵੀ ਸਾਂਭ ਸੰਭਾਲ ਇਹੀ ਨੌਜਵਾਨ ਕਰ ਰਹੇ ਨੇ ਸਿਰਫ ਇੱਕ ਕੋਠੀ ਨਹੀਂ ਬਲਕਿ ਦੁਆਬੇ ਔਰ ਮਾਝੇ ਔਰ ਮਾਲਵੇ ਦੇ ਕਈ ਪਿੰਡਾਂ ਦੇ ਵਿੱਚ ਇਹਨਾਂ ਦੀ ਪਹੁੰਚ ਹੈਗੀ ਆ ਔਰ ਜਿਹੜੇ ਲੋਕ ਐਨ ਆਰ ਆਈ ਹੈਗੇ ਨੇ ਵਿਦੇਸ਼ਾਂ ਦੇ ਵਿੱਚ ਸੈਟਲ ਹੈਗੇ ਨੇ ਔਰ ਪੰਜਾਬ ਦੇ ਵਿੱਚ ਉਹਨਾਂ ਦੇ ਕੋਲੋਂ ਨਹੀਂ ਆਇਆ ਜਾ ਜਾ ਰਿਹਾ ਔਰ ਉਹਨਾਂ ਦੇ ਘਰਾਂ ਦੀ ਰਾਖੀ ਨਹੀਂ ਹੋ ਰਹੀ ਤਾਂ ਇਹਨਾਂ ਨੌਜਵਾਨਾਂ ਨੇ ਜ਼ਿੰਮੇਵਾਰੀ ਲਈ ਆ ਕਿ ਇਹਨਾਂ ਲੋਕਾਂ ਦੇ ਘਰਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕੀਤੀ ਜਾਏਗੀ ਇਹਦੇ ਨਾਲ ਹੀ ਇਹਨਾਂ ਨੇ ਜਿਹੜੇ ਐਨ ਆਰ ਆਈ ਹੈਗੇ ਨੇ ਉਹਨਾਂ ਦੀਆਂ ਸਹੂਲਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਐਨ ਆਰ ਆਈ ਵੱਡੀ ਨਾਮ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਕਿ ਜਿਹੜੇ ਐਨ ਆਰ ਆਈ ਵਿਦੇਸ਼ਾਂ ਦੇ ਵਿੱਚ ਬੈਠੇ ਹੈਗੇ ਨੇ ਜਦੋਂ ਪੰਜਾਬ ਹੋਣ ਤਾਂ ਉਹਨਾਂ ਨੂੰ ਜਿਹੜੀਆਂ ਦਿੱਕਤਾਂ ਹੁੰਦੀਆਂ ਨੇ ਜਾਂ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈਗੀ ਆ ਤਾਂ ਸਾਰੀਆਂ ਚੀਜ਼ਾਂ ਇਹ ਮੁਹੱਈਆ ਕਰਵਾਉਣਗੀਆਂ ਸੋਚ ਕਰੋ ਕਿ ਜੇਕਰ ਕੋਈ ਐਨਆਰਆਈ ਆ ਕੇ ਇੱਥੇ ਗੱਡੀ ਲੈਣਾ ਚਾਹੁੰਦਾ ਉਹ ਘੁੰਮਣ ਫਿਰਨ ਵਾਸਤੇ ਕੁਝ ਦਿਨਾਂ ਦੇ ਲਈ ਉਹਨੂੰ ਚਾਹੀਦੀ ਹੈ ਤਾਂ ਇਹ ਸਾਰੀਆਂ ਸਹੂਲਤਾਂ ਇਹਨਾਂ ਨੇ ਰੱਖੀਆਂ ਨੇ ਪਰ ਗੱਲ ਅੱਜ ਐਨਆਰਆਈਆਂ ਦੇ ਘਰਾਂ ਦੀ ਕਰਾਂਗੇ ਇਸ ਵੇਲੇ ਇੱਕ ਘਰ ਦੇ ਵਿੱਚ ਹੀ ਮੌਜੂਦ ਹੈਗੇ ਆ ਤਾਂ ਦੋਨੋਂ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਨੇ ਹਰਪੀਤ ਸਿੰਘ ਦੇ ਨਾਲ ਹੀ ਗੱਲਬਾਤ ਕਰਦੇ ਆਂ ਹਰਪੀਤ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਇਹ ਆਈਡੀਆ ਕਿਵੇਂ ਆਇਆ ਔਰ ਕਿਵੇਂ ਇਹ ਸਾਰਾ ਤੁਸੀਂ ਕੰ ਏ ਭਾਜੀ ਅਸੀਂ ਡੂਰਿੰਗ ਕਰੋਨਾ ਪਹਿਲਾਂ ਅਸੀਂ ਦਿੰਦੇ ਸੀ ਬੇਸਿਕਲੀ ਸਾਡਾ ਪਹਿਲਾਂ ਬਿਜ਼ਨਸ ਮਾਡਲ ਸੀ ਗੱਡੀਆਂ ਦਾ ਅਸੀਂ ਦਿੰਦੇ ਸੀ ਸੈਲਫ ਡਰਾਈਵਨ ਕਾਰਸ ਉਸ ਤੋਂ ਅੱਗੇ ਸਮੇਂ ਦੇ ਡਿਮਾਂਡ ਦੇ ਹਿਸਾਬ ਨਾਲ ਜਦੋਂ ਵੀ ਕੋਈ ਨਾ ਐਨ ਆਰ ਆਈ ਵਾਪਿਸ ਗੱਡੀ ਕਰਨ ਆਉਂਦਾ ਸੀ ਉਹਦਾ ਜਦੋਂ ਆਉਂਦਾ ਸੀ ਗੱਡੀ ਲੈਣ ਵਾਸਤੇ ਉਸ ਟਾਈਮ ਚਿਹਰਾ ਹੋਰ ਹੁੰਦਾ ਸੀ ਜਦੋਂ ਵਾਪਸੀ ਤੇ ਗੱਡੀ ਵਾਪਿਸ ਕਰਨ ਆਉਂਦਾ ਸੀ ਫਿਰ ਥੋੜਾ ਜਿਹਾ ਆਪਣਾ ਘਰ-ਬਾਰ ਇਹ ਸੋਚਦਾ ਹੁੰਦਾ ਸੀ ਕਿ ਹੁਣ ਮੈਂ ਚੱਲਿਆਂ ਜਿੰਦਾ ਲਾ ਕੇ ਜਾਣਾ ਸੋ ਇਸੇ ਚੀਜ਼ ਤੋਂ ਇਹ ਆਈਡੀਆ ਸੀ ਡੂਰਿੰਗ ਕਰੋਨਾ ਦੇ ਵਿੱਚ ਬੰਦੇ ਬਹੁਤ ਫਸ ਗਏ ਸੀ ਉੱਤੇ ਉਦੋਂ ਤੋਂ ਬਾਅਦ ਅਸੀਂ ਇਸ ਚੀਜ਼ ਨੂੰ ਇੰਪਲੀਮੈਂਟ ਕਰਤਾ ਤੇ ਅੱਜ ਠੀਕ ਆ ਸਾਡੇ ਕੋਲ ਰਿਸਪੌਂਸ ਬਹੁਤ ਵਧੀਆ ਆ ਰਿਹਾ ਤੇ 53 ਘਰ ਇਸ ਟਾਈਮ ਹੋ ਚੁੱਕੇ ਆ ਹੋਰ ਵੀ ਵਧੀ ਜਾ ਰਿਹਾ ਇਸ ਟਾਈਮ ਤੱਕ ਕਾਲਿੰਗ ਦੀ ਕੱਲ ਦੀ ਤਾਂ ਮੈਨੂੰ ਮੈਂ ਤਾਂ ਕਾਲ ਹੀ ਚੱਕ ਰਿਹਾ ਇਸੇ ਚੀਜ਼ ਤੇ ਕਿ ਸਾਡਾ ਵੀ ਦੇਖੋ ਤੁਸੀਂ ਵਿਜ਼ਿਟ ਕਰੋ ਇਨੀਸ਼ੀਅਲ ਵਿਜ਼ਿਟ ਤੇ ਬਾਅਦ ਅਸੀਂ ਉਹਨਾਂ ਦੱਸ ਦਿੰਨੇ ਆ ਕਿ ਪਹਿਲਾਂ ਤਾਂ ਰੀਨਿਊਏਸ਼ਨ ਹੋਏਗੀ ਤੇ ਉਹ ਵੀ ਹੁੰਦਾ ਜ਼ਿਆਦਾਤਰ ਚਾਂਸਸ ਹੁੰਦੇ ਰੀਨਿਊਏਸ਼ਨ ਹੋਣ ਤੇ ਬਾਕੀ ਠੀਕ ਆ ਕਈਆਂ ਦੇ ਮੇਨਟੇਨਡ ਵੀ ਹੈਗੇ ਆ ਨਾ ਸੋ ਆਈਡੀਆ ਇਹੀ ਸੀ ਇੰਪਲੀਮੈਂਟ ਕਰਤਾ ਪਹਿਲਾਂ ਪੁਰਾਣਾ ਅਸੀਂ ਸੋਚਦੇ ਸੀ 2015-16 ਦੇ ਵਿੱਚ ਨਾ ਸ਼ੁਰੂ ਕਰਨੇ ਦਾ ਪਰ ਉਦੋਂ ਚਲੋ ਕਿਸੇ ਚੀਜ਼ ਕਰਕੇ ਅਸੀਂ ਨਹੀਂ ਇੰਪਲੀਮੈਂਟ ਕਰ ਸਕੇ ਪਰ ਹੁਣ ਪੂਰੀ ਤਰ੍ਹਾਂ ਇਸ ਚੀਜ਼ ਨੂੰ ਅਸੀਂ ਪ੍ਰੋਫੈਸ਼ਨਲੀ ਲੈ ਕੇ ਜਾ ਰਹੇ ਹਾਂ ਤੇ ਇਸ ਟਾਈਮ ਐਗਜ਼ੀਕਿਊਟ ਕਰਤਾ ਆ ਤੇ ਜਦੋਂ ਵੀ ਆਏਗਾ ਕੋਈ ਐਨਆਰਆਈ ਉਹਨੂੰ ਪਹਿਲਾਂ ਤਾਂ ਉਹਨੂੰ ਸਭ ਤੋਂ ਪਹਿਲਾਂ ਘਰ ਆ ਉਸ ਤੋਂ ਬਾਅਦ ਘੁੰਮਣੇ ਫਿਰਨੇ ਨੂੰ ਗੱਡੀ ਇਹ ਦੋ ਚੂਸ ਸੁਵਿਧਾਾਂ ਦਾ ਸੀ ਹੁਣੇ ਦੇਣੀਆਂ ਸ਼ੁਰੂ ਕਰਤੀਆਂ ਤੇ ਗੱਡੀਆਂ ਦਾ ਅਸੀਂ ਪੁਰਾਣੀਆਂ ਦੇ ਰਹੇ ਹਾਂ ਗੱਡੀਆਂ ਦਾ ਮੈਨੂੰ ਉਮੀਦ ਆ ਕਿ ਅਸੀਂ 2012-13 ਤੋਂ ਸਾਡਾ ਚੱਲਦਾ ਪਿਆ। ਸੋ ਬਾਕੀ ਹੁਣ ਠੀਕ ਹੈ ਰਿਸਪੌਂਸ ਬਹੁਤ। ਇਸ ਘਰ ਦੇ ਵਿੱਚ ਹੀ ਅਸੀਂ ਖੜੇ ਆ। ਇਹ ਕੋਠੀ ਦੇ ਮਾਲਕ ਕਦੋਂ ਤੇ ਬਾਹਰ ਹੈਗੇ ਨੇ ਬੜੇ ਵਧੀਆ ਤਰੀਕ ਨਾਲ ਤੁਸੀਂ ਇਹ ਸਾਫ ਸਫਾਈ ਕਰਕੇ ਰੱਖੀ ਹੋਈ ਆ। ਕਦੋਂ ਦੀ ਆ ਤੁਹਾਡੇ ਕੋਲ ਇਹ? ਇਹ ਸਾਡੇ ਕੋਲ ਪੇ 2.5 ਸਾਲ ਤੋਂ ਸਾਡੇ ਕੋਲ ਹੀ ਆ। ਅੱਛਾ। ਸੋ ਇਹ ਪਿਛਲੇ 1.5 ਸਾਲ ਤੋਂ ਨਹੀਂ ਆ ਸਕੇ। ਹੁਣ ਵਿਜ਼ਿਟ ਕਰਨਗੇ। ਹਾਂ। ਬਾਕੀ ਮੇਨਟੇਨਡ ਆ ਪੂਰੀ। ਹਾਂ। ਸੋ ਇਹ ਪ੍ਰੋਪਰ ਇੱਥੇ ਹੁੰਦੀ ਆ ਰਿਪੇਅਰ। ਸੋ ਇਹਨਾਂ ਦੀ ਮੇਨਟੇਨੈਂਸ ਰੈਗੂਲਰ ਚੱਲਦੀ ਪਈ ਆ। ਹਾਂ। ਬਾਕੀ ਇਹ ਆ ਕਿ ਜਦੋਂ ਵੀ ਆਣਗੇ ਆਪਣੀ ਛੁੱਟੀ ਵਧੀਆ ਕੱਟ ਕੇ ਜਾਣਗੇ। ਇਹਨਾਂ ਨੂੰ ਆਣ ਤੇ ਪਹਿਲਾਂ 10-5 ਰ 5-7 ਦਿਨ ਵੀ ਨਾ ਰੈਨਿਊਏਸ਼ਨ ਦੀ ਕੋਈ ਕੁਝ ਕੰਮ ਕਰਾਣੇ ਦੀ ਜ਼ਰੂਰਤ ਨਹੀਂ ਆ। ਉਹ ਕੰਮ ਸਾਡੇ ਐਂਡ ਤੇ ਆ। ਕਿ ਉਹੀ ਕੰਮ ਅਸੀਂ ਕਰਦੇ ਆ। ਤੇ ਬਾਕੀ ਚੱਲਦਾ ਰਿਹਾ ਚੱਲੀ ਜਾ ਰਿਹਾ ਹਾਂਜੀ ਮੈਂ ਤੁਹਾਨੂੰ ਨਾ ਕੀ ਇੱਕ ਵਾਰੀ ਥੋੜਾ ਜਿਆ ਦੱਸੋ ਕਿ ਇਹ ਪ੍ਰੋਸੈਸ ਕੀ ਰਹਿੰਦਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਸੰਪਰਕ ਕਰਦੇ ਹੋਣਗੇ ਤਾਂ ਫਿਰ ਤੁਸੀਂ ਘਰ ਦੇ ਸਾਬ ਦੇ ਨਾਲ ਉਹਨਾਂ ਕੋਲੋਂ ਪੈਸੇ ਲੈਣੇ ਹੋ ਜਾਂ ਕਿਵੇਂ ਸਾਰਾ ਚੱਲਦਾ ਇਹ ਇਹਦੇ ਵਿੱਚ ਕੀ ਆ ਜਿੱਦਾਂ ਪਹਿਲਾਂ ਕੰਟੈਕਟ ਕਰਦੇ ਸਾਡੇ ਨਾਲ ਹੁਣ ਤਾਂ ਆਈ ਰੇ ਕੱਲ ਦੇ ਮੇਲਸ ਵੀ ਆ ਗਏ ਆ ਕੱਲ ਦੇ ਮੈਸੇजेस ਵੀ ਆ ਰਹੇ ਆ ਕੋਈ ਸੋਸ਼ਲ ਨੈਟਵਰਕਿੰਗ ਤੋਂ ਸਾਡੇ ਨਾਲ ਕਰ ਰਹੇ ਆ ਅਸੀਂ ਆਈ ਗੱਡੀ ਤੇ ਗੱਡੀਆਂ ਦਿੰਦੇ ਸੀ ਪਰ ਤੋਂ ਤੁਹਾਡੇ ਪੇਜ ਤੋਂ ਸਾਡੇ ਨਾਲ ਟੱਚ ਵਿੱਚ ਆ ਰਹੇ ਆ ਸੋ ਬਾਕੀ ਇਹ ਆ ਕਿ ਸ਼ੁਰੂ ਦੇ ਵਿੱਚ ਅਸੀਂ ਇਨੀਸ਼ੀਅਲੀ ਇੱਕ ਵਿਜ਼ਿਟ ਕਰਦੇ ਹਾਂ ਠੀਕ ਹੈ ਉਸ ਤੋਂ ਬਾਅਦ ਜਿੱਦਾਂ ਲੌਨ ਆ ਤੇ ਪਾਰਕਿੰਗ ਲੋਟ ਆ ਕਿਸੇ ਤਰ੍ਹਾਂ ਦਾ ਕੋਈ ਫਲੋਰ ਆਂਦੀ ਆ ਉਹ ਫਿਰ ਅਸੀਂ ਉਹਨਾਂ ਨੂੰ ਦੱਸ ਦਿੰਨੇ ਆ ਕਿ ਐਨਾ ਕ ਕੋਟ ਆ ਉਸ ਅਕੋਰਡਿੰਗ ਹੀ ਇਨੀਸ਼ੀਅਲ ਵਿਜ਼ਿਟ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਪਹਿਲਾਂ ਰਿਪੇਅਰ ਦੇ ਵਿੱਚ ਕੀ ਕੀ ਕਰਾਉਣਾ ਪਏਗਾ ਠੀਕ ਹੈ ਉਸ ਤੋਂ ਬਾਅਦ ਆ ਗਈ ਮੇਨਟੇਨੈਂਸ ਹਾਂ ਪਹਿਲੇ ਦਿਨ ਹੀ ਅਸੀਂ ਜਿੱਦਣ ਉੱਥੇ ਜਾਵਾਂਗੇ ਅਸੀਂ ਇਹੀ ਕਹਿੰਨੇ ਆ ਕਿ ਚਾਬੀਆਂ ਤੁਹਾਡੇ ਤੋਂ ਲੈਣੀਆਂ ਤੁਹਾਡੇ ਕਿਸੇ ਰਿਲੇਟਿਵ ਤੋਂ ਲੈਣੀਆਂ ਉਹਨੂੰ ਹੀ ਹੈਂਡਓਵਰ ਕਰ ਦੇਣੀ ਆ ਸ਼ਾਮ ਨੂੰ ਸਾਡੀ ਉਹ ਆ ਕਿ ਜਿੰਨਾ ਚਿਰ ਤੁਹਾਡੀ ਮੇਨਟੇਨੈਂਸ ਚੱਲਦੀ ਪਈ ਆ ਸੀਸੀਟੀਵੀ ਅਸੀਂ ਲਗਵਾਣੇ ਮਸਟ ਆ ਠੀਕ ਹੈ ਸੀਸੀਟੀਵੀ ਦੇ ਵਿੱਚ ਕੀ ਆ ਇੰਟਰਨੈਟ ਤੇ ਬੰਦੇ ਬਾਹਰ ਬੈਠੇ ਆਪਣਾ ਘਰ ਦੇਖਦੇ ਰਹਿੰਦੇ ਠੀਕ ਹੈ ਤੁਸੀਂ ਵੈਸੇ ਵੀ ਦੇਖਿਆ ਹਰ ਘਰ ਦੇ ਵਿੱਚ ਜਿੱਥੇ ਵੀ ਸਾਡੀ ਰੈਨੋਵੇਸ਼ਨ ਚੱਲਦੀ ਆ ਉੱਤੇ ਸੀਸੀਟੀਵੀ ਲੱਗੇ ਹੋਣਗੇ ਠੀਕ ਹੈ ਉਹਦੇ ਨਾਲ ਕੀ ਆ ਜੇ ਕਿਸੇ ਨੂੰ ਕੋਈ ਦਿੱਕਤ ਆndi ਆ ਜਾਂ ਕੁਛ ਆਪਣੇ ਹਿਸਾਬ ਨਾਲ ਕੋਈ ਚੇਂਜਸ ਕਰਾਉਣਾ ਚਾਹੰਦ ਅਗਲਾ ਕਰਾ ਸਕਦਾ ਦੂਜੀ ਗੱਲ ਆ ਅਗਲਾ ਆਪਣਾ ਜੇ ਕਿਤੇ ਵਿਹਲਾ ਬੈਠਾ ਘੰਟਾ ਅੱਧਾ ਘਾਉਣਾ ਘੰਟਾ ਕਿਤੇ ਵੀ ਬਾਹਰ ਬੈਠਾ ਉਹ ਆਪਣਾ ਘਰ ਦੇਖ ਲੈਂਦਾ ਬਈ ਇੱਧਰ ਬਾਹਰ ਬੋਰ ਇੱਧਰ ਉਧਰ ਘੁੰਮ ਆਪਣਾ ਦੇਖਦਾ ਫੋਨ ਤੇ ਦੇਖ ਲੈਂਦਾ ਚਾਹੇ ਫੋਨ ਤੇ ਸਾਰੇ ਵਿਜ਼ਿਟ ਨਹੀਂ ਕਰ ਸਕਦਾ ਇੱਕ ਤਰ੍ਹਾਂ ਦੇ ਨਾਲ ਨਾ ਉਹ ਇੱਥੇ ਆ ਜਾਂਦਾ ਕਿਉਂਕਿ ਫੈਸਿਲਿਟੀਆਂ ਆ ਫੈਸਿਲਿਟੀਆਂ ਦੇਣੀਆਂ ਆ ਅਸੀਂ ਆ ਬਾਕੀ ਹੈਲਪ ਕਰ ਰਹੀ ਆ ਹੁਣ ਸਰਕਾਰ ਹੀ ਆ ਇੱਕ ਤਰ੍ਹਾਂ ਇੰਟਰਨੈਟ ਸਾਡੇ ਹਰ ਘਰ ਤੱਕ ਪਹੁੰਚ ਗਿਆ ਹੁਣ ਤਾਂ ਹਰ ਪਿੰਡਾਂ ਦੇ ਵਿੱਚ ਫਾਈਬਰ ਪਹੁੰਚ ਗਿਆ 11 ਤਰ੍ਹਾਂ ਅਸੀਂ ਫਾਈਬਰ ਕਨੈਕਸ਼ਨ ਨਹੀਂ ਲਗਾਏ ਹੋਏ ਹਰ ਜਗ੍ਹਾ ਸੋ ਕੋਈ ਦਿੱਕਤ ਆਉਂਦੀ ਨਹੀਂ ਕਿ ਅਸੀਂ ਦੇਖਦੇ ਰਹਿੰਦੇ ਹੋਣਗੇ ਅੱਛਾ ਭਾਈ ਇਹ ਬਾਹਰੋਂ ਦਾ ਬੜਾ ਵਧੀਆ ਤੁਸੀਂ ਮੇਨਟੇਨ ਕੀਤਾ ਇੱਕ ਵਾਰ ਅੰਦਰ ਵੀ ਚਲੀਏ ਨਾਲੇ ਦੇਖ ਲੈਣੇ ਆ ਕਿ ਕਿਵੇਂ ਤੁਸੀਂ ਇਹ ਫਿਰ ਕਿੰਨੇ ਇਹ ਜਿਹੜੇ ਰੱਖਦੇ ਹੋ ਸਫਾਈ ਵਾਸਤੇ ਇਹ ਤੁਸੀਂ ਆਪਣੀ ਟੀਮ ਰੱਖੀ ਕਿ ਜਾਂ ਪਿੰਡੋਂ ਹਾਇਰ ਕਰ ਲਿਆ ਅਸੀਂ ਪੂਰਾ ਬੈਕਗ੍ਰਾਉਂਡ ਚੈੱਕ ਕਰਨ ਤੋਂ ਬਾਅਦ ਪਿੰਡਾਂ ਦੇ ਹੀ ਲੋਕਾਂ ਨੂੰ ਰੋਜ਼ਗਾਰ ਦਿੰਨੇ ਆ ਤੇ ਉਹਨਾਂ ਵਾਸਤੇ ਰੋਜ਼ਗਾਰ ਹੋ ਜਾਂਦਾ ਤੇ इजीली ਸਾਨੂੰ ਇਹ ਹੈ ਕਿ ਸਾਣੀ ਸਾਡੀ ਵਰਕ ਫੋਰਸ ਉਹਨੂੰ ਜਿਆਦਾ ਕਿਤੇ ਕਮਿਊਟ ਕਰਨ ਦੀ ਲੋੜ ਨਹੀਂ ਪਿੰਡੋਂ ਇੱਥੇ ਆ ਕੇ ਕਰ ਜਾਂਦੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਹਾਊਸੇਜ਼ ਤੁਸੀਂ ਫਲੋਰ ਦੇਖ ਰਹੇ ਹੋ ਪ੍ਰੋਪਰਲੀ ਮੇਨਟੇਨਡ ਨੇ ਤੇ ਉਵੇਂ ਅਸੀਂ ਵੀ ਮੇਕ ਇਟ ਅ ਪੁਆਇੰਟ ਕਿ ਸਾਰੇ ਕਿਤੇ ਇਸ ਚੀਜ਼ ਨੂੰ ਚੰਗੀ ਸਫਾਈ ਸਫਾਈ ਹੋਵੇ ਚੰਗੀ ਮੇਨਟੇਨੈਂਸ ਕੀਤੀ ਜਾਵੇ ਕਿੰਨੇ ਦਿਨਾਂ ਬਾਅਦ ਬਈ ਸਫਾਈ ਕਰਵਾਉਣੀ ਹੈ ਇੱਥੇ ਉਹ ਦੇਖ ਕੇ ਹੈ ਵੈਸੇ ਆਲਟਰਨਟ ਡੇਸ ਤੇ ਤੇ ਹੁੰਦੀ ਹੁੰਦੀ ਹੈ ਜੀ ਅੱਛਾ ਇਹ ਫਿਰ ਜਿਵੇਂ ਦੂਜਾ ਇਸ ਸਮਾਨ ਇਥੇ ਕਾਫੀ ਜ਼ਿਆਦਾ ਪਿਆ ਇਹ ਫਿਰ ਜ਼ਿੰਮੇਵਾਰੀ ਵੀ ਤੁਹਾਡੀ ਵੱਧ ਜਾਂਦੀ ਹੈ ਕਿ ਘਰ ਦੇ ਵਿੱਚ ਕਿਤੇ ਸਮਾਨ ਇੱਧਰ ਉੱਧਰ ਨਾ ਹੋ ਜੇ ਜਾਂ ਜਿਹੜਾ ਸਫਾਈ ਕਰਨ ਵਾਲਾ ਰੱਖਿਆ ਹੈ ਲੱਗਦਾ ਕਿ ਪੂਰੀ ਨਜ਼ਰ ਰੱਖਣੀ ਪੈਂਦੀ ਹੋਵੇ ਜੀ ਜੀ ਉਹਦੀ ਪੂਰੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਤੇ ਉਹਦਾ ਬੈਕਗ੍ਰਾਉਂਡ ਚੈੱਕ ਕਰਕੇ ਹੀ ਕੰਮ ਕੀਤਾ ਜਾਂਦਾ ਹੈ ਤੇ ਉਹਨੂੰ ਜਿਹੜੇ ਸਾਡੇ ਡਿਲੀਵਰੇਬਲ ਹੈ ਜਿੰਨਾ ਹੈ ਉਹਦੇ ਪ੍ਰੋਪਰ ਸਾਡੇ ਕੋਲ ਲਿਸਟ ਹੁੰਦੀ ਹੈ ਤੇ ਅਸੀਂ ਇਹ ਮੇਕ ਸ਼ੋਰ ਕਰਦੇ ਹਾਂ ਕਿ ਕੋਈ ਵੀ ਚੀਜ਼ ਕਿਤੇ ਗਾਇਬ ਨਾ ਹੋਵੇ ਕੋਈ ਚੀਜ਼ ਕਿਤੇ ਜਾਵੇ ਨਾ ਅੱਛਾ ਜਿਵੇਂ ਇਹ ਪੇਂਟ ਵਗੈਰਾ ਹੋਇਆ ਜਿਵੇਂ ਤੁਸੀਂ ਕਹਿੰਦੇ ਹੋ ਕਿ ਜੇਕਰ ਮੈਨੂੰ ਲੱਗਦਾ ਪਹਿਲੀ ਨਜ਼ਰੀ ਦੇਖਣ ਜਾਂਦੇ ਹੋਊਗੇ ਘਰ ਨੂੰ ਕਈ ਘਰ ਤਾਂ ਇਹੋ ਜਿਹੇ ਹੋਣਗੇ ਮੈਨੂੰ ਲੱਗਦਾ ਕਿ ਕਾ ਉੱਗਿਆ ਹੋਣਾ ਉਹਨਾਂ ਘਰਾਂ ਦੇ ਵਿੱਚ ਤੇੜਾਆਂ ਹੋਣ ਗਿਆ ਮੈਨੂੰ ਲੱਗਦਾ ਕਿ ਬਿਲਕੁਲ ਖੰਡਰ ਦਾ ਰੂਪ ਧਾਰ ਰਿਹਾ ਹੋਊਗਾ ਇਹੋ ਜਿਹੇ ਮਿਲਦੇ ਨੇ ਘਰ ਇਹੋ ਜਿਹੇ ਬਹੁਤ ਘਰ ਮਿਲਦੇ ਨੇ ਫਿਰ ਕੇਸ ਟੂ ਕੇਸ ਜਿਵੇਂ ਹਰਪ੍ਰੀਤ ਨੇ ਦੱਸਿਆ ਘਰ ਤੋਂ ਘਰ ਅਸੀਂ ਫਿਰ ਉਹਨਾਂ ਨੂੰ ਰਿਪੋਰਟ ਬਣਾ ਕੇ ਦਿੰਦੇ ਆ ਕਿ ਕਿ ਰੈਨੋਵੇਸ਼ਨ ਹੋਊਗੀ ਕੀ ਬਜਟ ਲੱਗੂਗਾ ਫਿਰ ਉਸ ਤੋਂ ਬਾਅਦ ਕਿਵੇਂ ਕਿੰਨਾ ਮੇਨਟੇਨੈਂਸ ਕੀਤਾ ਜਾਊਗੀ ਤੇ ਉਸ ਤੋਂ ਇਲਾਵਾ ਵੀ ਅਸੀਂ ਹੁਣ ਇਸ ਚੀਜ਼ ਨੂੰ ਅਪਗ੍ਰੇਡ ਕਰ ਰਹੇ ਹਾਂ ਅਸੀਂ ਹੋਮ ਆਟੋਮੇਸ਼ਨ 'ਚ ਕਿ ਤੁਸੀਂ ਇਹ ਲੈ ਕੇ ਚੱਲੋ ਕੱਲਾ ਸੀਸੀਟੀਵੀ ਨਹੀਂ ਤੁਸੀਂ ਆਪਣੇ ਐਪ ਦੇ ਰਾਹੀਂ ਆਪਣੀਆਂ ਲਾਈਟਸ ਨੂੰ ਆਨ ਆਫ ਕੈਨੇਡਾ ਯੂਕੇ ਕਿਤੇ ਵੀ ਬੈਠੇ ਹੋ ਤੁਸੀਂ ਕਰ ਸਕਦੇ ਹੋ ਆਪਣੇ ਘਰ ਨੂੰ ਆਪਣੇ ਕਰਟਨਸ ਨੇ ਉਹਨਾਂ ਨੂੰ ਤੁਸੀਂ ਖੋਲ ਬੰਦ ਕਰ ਸਕਦੇ ਹੋ ਤੇ ਤੁਸੀਂ ਲਾਈਵ ਫੁਟੇजेस ਉਸ ਚੀਜ਼ ਦੀ ਦੇਖ ਸਕਦੇ ਹੋ ਜਿਵੇਂ ਕਿ ਇਹ ਬਹੁਤ ਸਾਰੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਘਰ ਇੱਥੇ ਬੜੇ ਵਧੀਆ ਲੱਗਦਾ ਕਿ ਕਰੋੜਾਂ ਰੁਪਏ ਦੀ ਪ੍ਰੋਪਰਟੀ ਹੋਏਗੀ ਚਾਹੁੰ ਚਾਹੁੰਦੇ ਹੋਣਗੇ ਕਿ ਕਿਸੇ ਨੂੰ ਗਾਰਡ ਵਗੈਰਾ ਰੱਖਿਆ ਜਾਏ ਇਹ ਸਾਰੀ ਫੈਸਿਲਿਟੀ ਫੇਰ ਤੁਸੀਂ ਕਰ ਬੋਣੇ ਅਸੀਂ ਆਲਰੇਡੀ ਕਰ ਰਹੇ ਹਾਂ ਤੇ ਪ੍ਰੋਪਰ ਏਜੰਸੀਸ ਨਾਲ ਸਾਡੇ ਟਾਇਪ ਹੈ ਤੇ ਅਸੀਂ ਘਰਾਂ ਨੂੰ ਉਹਨਾਂ ਨੂੰ 24 ਘੰਟੇ ਦੀ ਗਾਰਡਸ ਦੀ ਸਕਿਉਰਿਟੀ ਵੀ ਮੁਹੱਈਆ ਕਰਾਉਂਦੇ ਆ ਕਈ ਫਾਰਮ ਹਾਊਸਿਸ ਹੁੰਦੇ ਆ bade ਘਰ ਹੁੰਦੇ ਆ ਉਹ ਚਾਹੁੰਦੇ ਆ ਇਸ ਚੀਜ਼ ਨੂੰ ਅਸੀਂ ਉਹ ਵੀ ਮੇਕ ਸ਼ੁਰ ਕਰਦੇ ਹਾਂ ਜਿਵੇਂ ਭਾਜੀ ਨੇ ਦੱਸਿਆ ਕਿ 53 54 ਘਰ ਨੇ ਸਾਡੇ ਕੋਲ ਇਹ ਸਾਰੇ ਘਰਾਂ ਦੀਆਂ ਚਾਬੀਆਂ ਤੁਹਾਡੇ ਕੋਲ ਰਹਿਣੀਆਂ ਨੇ ਹਾਂ ਮੋਸਟ ਆਫ ਦਾ ਕੇਸਿਸ ਤਾਂ ਇਦਾਂ ਹੈ ਕਿਈ-ਕਈ ਜੇ ਕਹਿੰਦੇ ਹੈ ਕਿ ਬਈ ਰਿਸ਼ਤੇਦਾਰਾਂ ਕੋਲ ਛੱਡਣੀ ਹੈ ਅਸੀਂ ਉਹਦੇ ਵਾਸਤੇ ਵੀ ਫਲੈਕਸੀਬਲ ਆ ਅੱਛਾ ਜੀ ਜੀ ਉਹ ਫਿਰ ਰਿਸ਼ਤੇਦਾਰਾਂ ਨੂੰ ਪ੍ਰੋਵਾਈਡ ਕਰਵਾਉਂਦੇ ਉਹ ਕਰਾ ਦਿੰਦੇ ਜੀ ਇਹ ਫਿਰ ਜਦੋਂ ਆਉਣਾ ਤੁਸੀਂ ਘਰ ਦੇ ਵਿੱਚ ਸਫਾਈ ਕਰਾਉਣ ਉਦੋਂ ਲੈ ਲੈਣੀਆਂ ਚਾਬੀਆਂ ਉਸ ਤੋਂ ਬਾਅਦ ਫਿਰ ਤੁਸੀਂ ਉਹਨਾਂ ਨੂੰ ਜੀ 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 ਅਸੀਂ ਉਹ ਮੈਕਸ਼ੂਰ ਕਰ ਦਿੰਦੇ ਹਾਂ ਕੀ ਕਹਿੰਦਾ ਇਹ ਮੈਨੂੰ ਲੱਗਦਾ ਕਿ ਘਰ ਜਿਹੜਾ ਤੁਸੀਂ ਬੜੇ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਤਾਂ ਹਰਪ੍ਰੀਤ ਹੁਣ ਨਾਲ ਵੀ ਇੱਕ ਵਾਰ ਗੱਲਬਾਤ ਕਰ ਲੈਣੇ ਆ ਹਰਪ੍ਰੀਤ ਇੱਕ ਚੀਜ਼ ਮੈਂ ਜਾਨਣਾ ਚਾਹੁੰਦਾ ਕਿ ਜਿਵੇਂ ਤੁਸੀਂ ਇਹ ਸ਼ੁਰੂ ਕੀਤਾ ਸਾਰਾ ਕਨਸੈਪਟ ਹਨਾ ਐਨ ਆਰ ਆਈਆਂ ਦੇ ਬਹੁਤ ਸਾਰੇ ਰਿਸ਼ਤੇਦਾਰ ਵੀ ਹੋਣਗੇ ਇੱਥੇ ਲੋਕਾਂ ਦਾ ਟਰਸਟ ਨਹੀਂ ਰਿਹਾ ਜਾਂ ਰਿਸ਼ਤੇਦਾਰ ਨਜ਼ਦੀਕ ਨਹੀਂ ਰਹੇ ਇਹਨੇ ਕਿ ਉਹਨਾਂ ਦੇ ਘਰਾਂ ਦੀ ਸਾਂਭ ਸੰਭਾਲ ਕਰ ਸਕਣ ਵੈਸੇ ਜੇ ਅਸੀਂ ਨਾ ਵੈਸੇ ਸਮੇਂ-ਸਮੇਂ ਦੀ ਗੱਲ ਕਰੀਏ ਰਿਸ਼ਤੇਦਾਰੀ ਹੈ ਹੀ ਨਹੀਂ ਰਹੀ ਰਿਸ਼ਤੇਦਾਰਾਂ ਦੇ ਵਿੱਚੋਂ ਵੀ ਨਾ ਜੇ ਆਪਾਂ ਮੰਨ ਕੇ ਚੱਲੀਏ ਕਿ ਰਿਸ਼ਤੇਦਾਰ ਤਾਂ ਸਾਰੇ ਤਾਂ ਜਾ ਚੁੱਕੇ ਵੇ ਹਰ ਘਰ ਦੇ ਵਿੱਚ ਇੱਕ ਮੈਂਬਰ ਤੁਹਾਨੂੰ ਮੁਸ਼ਕਿਲ ਨਾਲ ਮਿਲੇਗਾ ਜੇ ਸਿਆਣੇ ਰਹਿ ਗਏ ਤਾਂ ਉਹ ਮੇਨਟੇਨੈਂਸ ਨਹੀਂ ਕਰਾ ਸਕਦੇ ਐਕਚੁਅਲੀ ਦੇ ਵਿੱਚ ਉਹ ਵਿਜ਼ਿਟ ਨਹੀਂ ਕਰ ਪਾਉਂਦੇ ਕਿਉਂਕਿ ਬਹੁਤ ਇੱਕ ਨਾ ਇੱਕ ਤਰ੍ਹਾਂ ਦਾ ਜ਼ਿੰਮੇਵਾਰੀ ਹੋ ਜਾਂਦੀ ਆ ਹੁਣ ਅਸੀਂ ਆ ਸਵੇਰੇ ਚਾਬੀਆਂ ਲੈ ਲੈਣੀਆਂ ਜਿਸ ਦਿਨ ਰੈਨੋਵੇਸ਼ਨ ਤੇ ਬੰਦੇ ਜਾ ਰਹੇ ਆ ਸ਼ਾਮ ਨੂੰ ਅਸੀਂ ਉਸੇ ਰਿਸ਼ਤੇਦਾਰ ਨੂੰ ਹੈਂਡਓਵਰ ਕਰਨੀਆਂ ਰਿਸ਼ਤੇਦਾਰੀ ਲੋਕਾਂ ਦੀ ਹੈ ਜ਼ਰੂਰ ਆ ਪਰ ਉਹਨ 버ڈن ਹੀ ਲੋਕਾਂ ਤੇ ਇੰਨਾ ਜ਼ਿਆਦੇ ਆ ਕਿਉਂਕਿ ਇੱਕ ਬੰਦਾ ਆ ਇੱਕ ਘਰ ਆ ਸਾਡੇ ਕੋਲ ਉਹ ਅਸੀਂ ਉਹਦਾ ਭਾਜੇ ਕੋ ਤਿੰਨ ਘਰਾਂ ਦੀਆਂ ਚਾਬੀਆਂ ਅੱਛਾ ਉਹਨਾਂ ਤੋਂ ਹੀ ਅਸੀਂ ਚਾਬੀ ਫੜਨੀ ਆ ਅਸੀਂ ਤਿੰਨਾਂ ਦੀ ਉਹਨਾਂ ਨੂੰ ਹੀ ਚਾਬੀ ਵਾਪਸ ਕਰਨੀ ਆ ਇਹ ਆ ਕਿ ਚਲੋ ਠੀਕ ਆ ਉਹਨਾਂ ਦਾ ਵੀ ਉਹਨਾਂ ਨੂੰ ਟਰਸਟ ਬਣਿਆ ਹੋਇਆ ਉਹ ਵੀ ਕੈਮਰੇ ਉਹਨਾਂ ਕੋ ਚੱਲਦੇ ਆ ਅਗਲੇ ਬਾਹਰ ਵਾਲੇ ਵੀ ਵੇਖ ਲੈਂਦੇ ਆ ਪਰ ਓਵਰ ਆਲ ਸੁਪਰਵਾਈਜ਼ਨ ਇੱਕ ਰਿਸ਼ਤੇਦਾਰ ਹੀ ਕਰਦਾ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਇਹ ਨਹੀਂ ਆ ਕਿ ਰਿਸ਼ਤੇਆਂ 'ਚ ਫਿੱਕ ਪੈ ਗਈ ਰਿਸ਼ਤੇ ਪਰ ਕੁਰਿਸਟਿਕਰ ਕਰਨ ਵੀ ਕੀ ਹੁਣ ਜੇ ਇੱਕ ਆ ਇੱਕ ਫੈਮਿਲੀ ਆ ਅੱਜ ਦੀ ਡੇਟ ਵਿੱਚ ਅੱਗੇ ਸਿਗਾ ਇੱਥੇ 5% ਬਾਹਰ ਹੁੰਦੇ ਸੀ 95% ਇੱਥੇ ਹੁੰਦੇ ਸੀ ਉਹਨ ਟੋਟਲੀ ਆਪੋਜ਼ਿਟ ਹੋ ਚੁੱਕਿਆ 5% ਇੱਥੇ ਆ 95% ਬਾਹਰ अच्छा भाई ये तो हो गई एनआरआई दे ਘਰਾਂ ਦੀ ਸਾਹ ਸੰਭਾਲ ਦੀ ਗੱਲ ਤੁਸੀਂ ਆਪਣੀ ਵੀ ਸਟੋਰੀ ਦੱਸ ਰਹੇ ਦੱਸ ਰਹੇ ਸੀ ਕਿ ਮੈਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕ੍ਰੇਜ਼ ਹੈਗਾ ਨੌਜਵਾਨਾਂ 'ਚ ਬਾਹਰ ਜਾਣ ਦਾ ਜਾਂ ਨੌਜਵਾਨ ਕਹਿੰਦੇ ਨੇ ਕਿ ਸਾਨੂੰ ਸਰਕਾਰੀ ਨੌਕਰੀ ਮਿਲ ਜੇ ਬਾਹਰ ਜਾਣ ਦਾ ਸ਼ੌਂਕ ਵੀ ਤੁਸੀਂ ਛੱਡਿਆ ਸਰਕਾਰੀ ਨੌਕਰੀ ਵੀ ਛੱਡਤੀ ਇਸ ਪਾਸੇ ਕਿਵੇਂ ਫਿਰ خیال ਆਇਆ ਕਿ ਆਪਣਾ ਹੀ ਬਿਜ਼ਨਸ ਕਰੀਏ ਹੁਣ ਇਹ ਵੈਸੇ ਨਾ ਮੇਰਾ ਜਦੋਂ ਨਾ ਮੈਂ 2006 ਦੇ ਵਿੱਚ ਮੈਂ ਪਲੱਸ 2 ਕਰ ਲਈ ਸੀ ਉਸ ਟਾਈਮ ਮੈਂ ਸ਼ਿਵਾਲਿਕਸ ਕੋ ਨਵਾਂ ਸ਼ਹਿਰ ਤੋਂ ਮੈਂ ਕਿਤੇ ਸੀਗਾ ਤੇ ਉਸ ਤੋਂ ਬਾਅਦ ਮੈਂ ਬੀ ਟੈਕ ਕਰੀ ਐਮ ਟੈਕ ਕਰੀ ਤੇ ਐਮ ਟੈਕ ਤੋਂ ਬਾਅਦ ਫਿਰ ਮੈਂ ਜੌਬ ਜੁਆਇਨ ਕਰੀ ਚਲੋ ਉਹ ਵੀ ਮੇਰਾ ਠੀਕ ਆ ਮੇਰਾ ਕੰਮ ਸੀਗਾ ਕੁਝ ਆਪਣਾ ਕਰਨੇ ਦਾ ਮੇਰਾ ਦਿਲ ਤਾਂ ਹੈ ਹੀ ਨਹੀਂ ਸੀ ਬਾਹਰ ਜਾਣੇ ਦਾ ਹੁਣ ਮੈਂ ਹਾਂ ਮੈਂ ਹੀ ਹਾਂ ਇੱਥੇ ਇੱਕ ਫੈਰੀ ਫੈਮਿਲੀ ਚ ਅੱਛਾ ਠੀਕ ਆ ਤੇ ਸ਼ਿਤੇਜ ਆ ਸਨੀ ਭਾਜੀ ਆ ਉਹੀ ਸਾਡੇ ਵੈਸੇ ਅਸੀਂ ਜਿਹੜੇ ਜਿੰਨੇ ਵੀ ਆ ਨਾ ਸਾਡਾ ਹੁਣ ਇਸ ਟਾਈਮ ਤੱਕ ਗਰੁੱਪ ਬਣ ਚੁੱਕਿਆ ਤੇ ਜਿਹੜੇ ਬੰਦੇ ਇੱਥੇ ਰਹਿਣਾ ਚਾਹੁੰਦੇ ਆ ਉਹੀ ਰਹੇ ਆ ਅਦਰਵਾਇਸ ਸਾਰੇ ਫਲਾਈਟ ਲੈ ਕੇ ਜਾ ਚੁੱਕੇ ਆ ਸੋ ਸਾਡਾ ਮੇਰਾ ਪਹਿਲਾਂ ਤੋਂ ਮਨ ਨਹੀਂ ਸੀ ਜਾਣੇ ਦਾ ਅੱਛਾ ਤੇ ਬਾਕੀ ਠੀਕ ਆ ਮੈਂ ਪੜ੍ਹ ਲੈ ਕੇ ਜੋਬ ਵੀ ਕਰ ਲੈ ਕਰਜ਼ਾ ਵੀ ਜੋਬ ਦਾ ਵੀ ਦੇਖ ਲਿਆ ਪਰ ਚਲੋ ਠੀਕ ਆ ਹੁਣ ਵਧੀਆ ਮੇਰਾ ਆਪਣਾ ਹੀ ਕਰਨੇ ਦਾ ਮਨ ਸੀ ਤੇ ਹੁਣ ਠੀਕ ਆ ਗੱਡੀਆਂ ਦਾ ਬਹੁਤ ਸੋਹਣਾ ਮੇਰਾ ਪਹਿਲਾਂ ਤੋਂ ਮੈਂ ਮੇਰਾ ਇੰਟਰਸਟ ਸੀ ਗੱਡੀਆਂ ਦਾ ਇਹ ਸ਼ੁਰੂ ਕੀਤਾ ਸੀ ਗੱਡੀਆਂ ਤੋਂ ਔਰ ਹੁਣ ਅੱਗੇ ਵੀ ਥੋੜਾ ਜਿਹਾ ਸਮੇਂ ਦੇ ਹਿਸਾਬ ਨਾਲ ਜਿੱਦਾਂ ਲੋਕਾਂ ਦੀ ਇੱਕ ਤਰ੍ਹਾਂ ਦਾ ਜ਼ਰੂਰਤ ਹੀ ਸੀ ਸਾਨੂੰ ਇਹ ਵੀ ਨਹੀਂ ਆ ਕਿ ਅਸੀਂ ਕੋਈ ਜ਼ਿਆਦਾ ਕਿਸੇ ਦਾ ਕੋਈ ਜ਼ਿਆਦਾ ਹੀ ਧੱਕਾ ਵੀ ਨਹੀਂ ਕਰਾਂਗੇ ਉਹਦੇ ਵਿੱਚ ਇਹ ਵੀ ਨਹੀਂ ਆ ਕਿ ਅਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਾਂਗੇ ਕਿ ਇਹ ਵਾ ਉਹ ਠੀਕ ਹੈ ਚੱਲ ਰਿਹਾ ਯਾਰ ਵਧੀਆ ਬਹੁਤ ਸੋਹਣਾ ਲੱਗ ਰਿਹਾ ਹੈ। ਕੁਝ ਕਰਦੇ ਹੋ ਕਿਉਂਕਿ ਐਨਆਰਆਈਆਂ ਦੇ ਮਨਾਂ ਦੇ ਵਿੱਚ ਨਾ ਇੱਕ ਡਰ ਜਿਹਾ ਰਹਿੰਦਾ ਕਿ ਜੇਕਰ ਕਿਸੇ ਨੂੰ ਕਿਰਾਏਦਾਰ ਨੂੰ ਵਿੱਚ ਵੜਤਾ ਤਾਂ ਪਤਾ ਨਹੀਂ ਕਿਤੇ ਕੋਠੀਆਂ ਇਹਨਾਂ ਮਾਲੇ ਸਾਡੀਆਂ ਇਹੋ ਜਿਹੀਆਂ ਦਿੱਕਤਾਂ ਹੁੰਦੀਆਂ ਹੁੰਦੀਆਂ ਸੀਗੀਆਂ ਐਨਆਰਆਈਆਂ। ਲਿਖਤੀ ਲਿਖਤੀ ਦੇ ਵਿੱਚ ਸਾਡੇ ਨਾਲ ਇੱਕ ਨਾ ਐਗਰੀਮੈਂਟ ਠੀਕ ਹੈ ਅਸੀਂ ਲਵਾਂਗੇ ਸਿਰਫ ਚਾਬੀਆਂ ਅਸੀਂ ਸਾਡੇ ਕੋ ਕੁਝ ਜਿਹੜੇ ਆਪਣੇ ਆਗੇ ਨਾ ਜਿੱਦਾਂ ਹੁਣ ਇਸ ਟਾਈਮ ਮੇਰੇ ਕੋ 700 ਪਲੱਸ ਕਲਾਇੰਟ ਆ ਠੀਕ ਹੈ ਗੱਡੀਆਂ ਦੇ ਵਿੱਚ ਹਾਂ ਤੇ ਆਈ ਗੱਡੀ ਤੇ ਮੈਂ ਕਰਦਾ ਸੀ ਉਸ ਤੋਂ ਬਾਅਦ ਮੇਰੇ ਕੋਲ ਜਿੱਦਾਂ ਹੁਣ ਇਸ ਟਾਈਮ ਹੈਗੇ ਆ ਉਹਨਾਂ ਦੇ ਵਿੱਚੋਂ ਕੁਝਕ ਤਾਂ ਇਦਾਂ ਦੇ ਰਿਲੇਸ਼ਨ ਬਣ ਚੁੱਕੇ ਆ ਜਿਹੜੇ ਸਕੇਆਂ ਵਾਂਗੂ ਹੋ ਚੁੱਕੇ ਠੀਕ ਹੈ ਉਹਨਾਂ ਦੀਆਂ ਚਾਬੀਆਂ ਵੀ ਸਾਡੇ ਕੋਲ ਹੀ ਹੋਣੀਆਂ ਠੀਕ ਹੈ ਪਰ ਜ਼ਿਆਦਾਤਰ ਦੇ ਇਹ ਆ ਕਿ ਚਲੋ ਚਾਬੀਆਂ ਅਸੀਂ ਉਹਨਾਂ ਦੇ ਇੱਥੇ ਜਿਹੜੇ ਰਿਲੇਟਿਵ ਆ ਉਹਦੇ ਵਿੱਚ ਇਹ ਆ ਕਿ ਉਹਨਾਂ ਤੋਂ ਲੈ ਲੀਆਂ ਚਾਬੀਆਂ ਸਫਾਈ ਕਰਕੇ ਉਹਨਾਂ ਨੂੰ ਹੈਂਡ ਓਵਰ ਕਰ ਦੁੱਤੀਆਂ ਇਹੀ ਚੀਜ਼ ਉਸ ਐਗਰੀਮੈਂਟ ਚ ਲਿਖੀ ਜਾਏਗੀ ਠੀਕ ਹੈ ਕਿ ਅਸੀਂ ਇਸ ਕੰਪਨੀ ਨੂੰ ਇਹੋ ਚੀਜ਼ ਦੇ ਰਹੇ ਹਾਂ ਫॉर ਰਿਪੇਅਰ ਮੇਨਟੇਨੈਂਸ ਅਸੀਂ ਘਰ ਬਣਾਨੇ ਹੁਣ ਇਸ ਟਾਈਮ ਇੱਕ ਤਿੰਨ ਘਰ ਸਾਡੇ ਚੱਲਦੇ ਆ ਅੱਛਾ ਠੀਕ ਹੈ ਉਹ ਨਵੇਂ ਘਰ ਉਹ ਨਹੀਂ ਬਣਾਣੇ ਉਹ ਵੀ ਅਸੀਂ ਬਣਾ ਰਹੇ ਹਾਂ ਤੇ ਇੱਥੇ ਪਿੰਡਿਆਂ ਬੰਗਿਆਂ ਦੇ ਨਾਲ ਯਾਨੀ ਕਿ ਜ਼ਿੰਮੇਵਾਰੀ ਚੁੱਕ ਲਈ ਐਨਆਰਆਈਆਂ ਦੀ ਸਾਰੀ ਤੁਸੀਂ ਚੁੱਕ ਲਈ ਆ ਇਹ ਆ ਕਿ ਓਵਰ ਆਲ ਠੀਕ ਹੈ ਵਧੀਆ ਚੱਲਦਾ ਪਿਆ ਤੇ ਜੌਬ ਤੋਂ ਵੀ ਸਵਿਚ ਇਸੇ ਕਰਕੇ ਕਰਨਾ ਬਣਦਾ ਸੀ ਹਾਂ ਬਾਕੀ ਮੇਰਾ ਮਨ ਨਹੀਂ ਸੀ ਪਹਿਲਾਂ ਤੋਂ ਨਾ ਜਾਣੇ ਦਾ ਠੀਕ ਹੈ ਤੇ ਰਹਿਣਾ ਇੱਥੇ ਸੀ ਹਾਂ ਕਿਉਂਕਿ ਮਨ ਹੁਣ ਸਾਰੇ ਮੇਰੇ ਨਾਲ ਦੇ ਹੈ ਹੀ ਨਹੀਂ ਅਸੀਂ ਟੋਟਲ ਸਾਡਾ ਨਾ ਅਸੀਂ 13 ਬੰਦੇ ਆ ਅਸੀਂ ਠੀਕ ਹੈ ਅਸੀਂ ਦੋਨੋਂ 2005 ਤੋਂ ਇਕੱਠੇ ਆ ਤੇ ਸਾਡੇ 4 ਬੰਦੇ ਇਸ ਟਾਈਮ ਬੈਠੇ ਆ ਠੀਕ ਹੈ ਕੋਈ ਕੈਨੇਡਾ ਆ ਇੰਗਲੈਂਡ ਆ ਹਰਮਨ ਸੋ ਵਧੀਆ ਮੇਰੇ ਉਸ ਤੋਂ ਬਾਅਦ ਹੁਣ ਮੇਰੇ ਇਸ ਟਾਈਮ ਫਰੈਂਡ ਸਰਕਲ ਦੇ ਵਿੱਚ ਮੈਨੂੰ ਨਹੀਂ ਮੈਂ ਦੇ ਕੋਈ ਪੰਜਾਬ ਦਾ ਜ਼ਿਲ੍ਹਾ ਵੀ ਹੋਣਾ ਜਿੱਥੇ ਮੇਰੇ ਕੋਈ ਫਰੈਂਡ ਸਰਕਲ ਦਾ ਬੰਦਾ ਨਹੀਂ ਹੋਣਾ ਦਿੱਲੀ ਤੋਂ ਆ ਵਿਰਾਜ ਪਰ ਅਗਰ ਮੈਂ ਨਾ ਅਸੀਂ ਕਵਾਂ ਮੈਂ ਤਾਂ ਮੈਨੂੰ ਇਹ ਪਤਾ ਕਿ ਮੇਰੇ ਸੱਤ ਮਿੱਤਰ ਅੱਠ ਮਿੱਤਰ ਆ ਸ਼ਾਮ ਨੂੰ ਅਸੀਂ ਇਕੱਠੇ ਹੋ ਸਕਦੇ ਮੈਨੂੰ ਆਪਣੇ ਫਰੈਂਡਸ ਤੇ ਇੰਨਾ ਜਿਆਦਾ ਮਾਣ ਆ ਸੋ ਇੱਥੋਂ ਹੀ ਅਸੀਂ ਇਹ ਆਈਡੀਆ ਚੱਕਿਆ ਸੀ ਠੀਕ ਹੈ ਉਹਨਾਂ ਦੇ ਨਾਲ ਹੀ ਲੈ ਕੇ ਅਸੀਂ ਇੰਪਲੀਮੈਂਟ ਕਰਤਾ ਤੇ ਉਹਨਾਂ ਦੇ ਨਾਲ ਹੀ ਲੈ ਕੇ ਅੱਗੇ ਐਗਜ਼ੀਕਿਊਟ ਵੀ ਕਰਾਂਗੇ ਤੇ ਰਿਸਪੌਂਸ ਵੀ ਓਵਰਆਲ ਠੀਕ ਹੈ ਕੋਈ ਅਸੀਂ ਅਲੰਭਾ ਰੱਖਦੇ ਹੈ ਨਹੀਂ ਬਾਕੀ ਕੁਝ ਨਾ ਕੁਝ ਕਿਤੇ ਮਿਲ ਵੀ ਜਾਂਦਾ ਪਰ ਅਸੀਂ ਆਪਣੇ ਵੱਲੋਂ ਇਹ ਕਰੀਦਾ ਕਿ ਸਾਫ਼ ਜਿਹਾ ਕੰਮ ਕਰੀਏ ਚਲੋ ਵਧੀਆ ਬਾਈ ਜੀ ਇਹ ਤਾਂ ਚੰਗੀ ਗੱਲ ਹੈ ਕਿ ਮਿਹਨਤ ਕਰਨੀ ਹੈ ਤਾਂ ਇੱਥੇ ਹੀ ਕਰ ਸਕਦੇ ਹੋ ਤਾਂ ਇਹ ਹਰਪ੍ਰੀਤ ਔਰ ਸतीश ਹੈਗੇ ਨੇ ਤਾਂ ਇਹਨਾਂ ਨੇ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਤਿੰਨ ਨੌਜਵਾਨਾਂ ਨੇ ਇਕੱਠੇ ਹੋ ਕੇ ਜਿਹੜੇ ਐਨ ਆਰ ਆਈ ਵਦੇਸ਼ਾਂ ਦੇ ਵਿੱਚ ਨੇ ਉਹਨਾਂ ਦੇ ਘਰਾਂ ਦੀ ਸਾਂਭ ਸੰਭਾਲ ਦਾ ਜਿੰਮੇਵਾਰੀ ਇਹਨਾਂ ਨੇ ਚੁੱਕਿਆ ਉਹਨਾਂ ਨੂੰ ਹੀ ਪੂਰੀ ਮੇਨਟੇਨੈਂਸ ਕਰਕੇ ਦਿੰਦੇ ਨੇ ਕਿ ਜਿਹੜੇ ਲੋਕ ਨਹੀਂ ਆ ਸਕਦੇ ਕਿਉਂਕਿ ਕਈ ਕਈ ਸਾਲ ਗੁਜ਼ਰ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਐਨਆਰਆਈਆਂ ਨੂੰ ਤਾਂ ਪੰਜਾਬ ਦੇ ਵਿੱਚ ਨਹੀਂ ਆਇਆ ਜਾਂਦਾ ਤਾਂ ਉਹਨਾਂ ਦੇ ਘਰਾਂ ਦੀ ਸਾਂਭ ਸੰਭਾਲ ਦਾ ਜ਼ਿੰਮੇਵਾਰੀ ਇਹਨਾਂ ਨੇ ਹੁਣ ਚੁੱਕੀ ਹੋਈ ਹੈ ਕੈਮਰਾਮੈਨ ਸਾਹਿਬ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਣੀ ਟੀਵੀ ਨਵਾਂ ਸ਼ਹਿਰ